ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਨਗਰ ਨਿਗਮ ਦਾ ਦਫ਼ਤਰ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣਿਆ ਰਹਿੰਦਾ ਹੈ। ਅੱਜ ਵੀ ਜਲੰਧਰ ਨਗਰ ਨਿਗਮ ਦਫ਼ਤਰ 'ਚ ਡਰਾਈਵਰ ਨੂੰ ਸਸਪੈਂਡ ਕਰਨ ਦੇ ਖਿਲਾਫ ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਵੱਲੋਂ ਸਮੂਹਿਕ ਰੂਪ 'ਚ ਹੜਤਾਲ ਕਰ ਦਿੱਤੀ ਗਈ ਅਤੇ ਸਾਰਾ ਕੰਮ ਠੱਪ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੇ ਬਾਅਦ ਯੂਨੀਅਨ ਦੇ ਨੇਤਾ ਸੁਖੋਤਾ ਨੇ ਦੱਸਿਆ ਕਿ ਨਗਰ ਨਿਗਮ ਦੇ ਕੋਲ ਸੁਵਿਧਾਵਾਂ ਦੀ ਕਮੀ ਹੈ ਅਤੇ ਜੇ ਕੋਈ ਇਸ ਸੰਬੰਧੀ ਬੋਲਦਾ ਹੈ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ, ਜੋ ਕਿ ਗਲਤ ਹੈ। ਅੱਜ ਦਾ ਇਸ ਵਿਸ਼ੇ 'ਚ ਗੱਡੀਆਂ ਰੋਕੀਆਂ ਗਈਆਂ ਸੀ ਸਾਰੇ ਡਰਾਈਵਰਾਂ ਦੀਆਂ। ਜਿਹੜਾ ਸਾਡਾ ਦੋ ਦਿਨ ਪਹਿਲਾਂ ਸਾਡਾ ਡਰਾਈਵਰ ਸਾਥੀ ਭੁਪਿੰਦਰ ਸਿੰਘ ਅਚਨਚੇਤ ਹੀ ਬਿਨਾਂ ਹੀ ਕਿਸੇ ਕਾਰਨ ਤੋਂ ਨੋਟਿਸ ਕੱਢਣ ਤੋਂ ਬਿਨਾਂ ਹੀ ਇਸ ਨੂੰ ਸਸਪੈਂਡ ਕਰ ਦਿੱਤਾ ਸੀ। ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਮਿਲੇ, ਜੁਆਇੰਟ ਕਮਿਸ਼ਨਰ ਨੂੰ ਮਿਲੇ, ਉਹਨਾਂ ਨੇ ਕਿਹਾ ਉਸੇ ਦਿਨ ਤੋਂ ਇਹ ਬਹਾਲ ਹੋਊਗਾ ਅਤੇ ਅਸੀਂ ਬਾਕੀ ਵੀ ਜਿਹੜੀਆਂ ਡਿਮਾਂਡਾਂ ਵਰਕਸ਼ਾਪ ਦੀਆਂ ਜਿਹੜੀਆਂ ਹੈਗੀਆਂ ਉੱਥੇ ਨਾ ਕੋਈ ਟਾਇਰਮੈਨ ਨਾ ਸਰਵਿਸ ਗੱਡੀ ਹੁੰਦੀ, ਮਤਲਬ ਉਹ ਵੀ ਸਾਰੀਆਂ ਜੇ ਰੱਖੀਆਂ ਤਾਂ ਉਹ ਵੀ ਬਹੁਤ ਜਲਦ ਕਹਿੰਦੇ ਹੱਲ ਕੀ ਕਰ ਦਿੱਤੀਆਂ ਜਾਊਗੀਆਂ। ਗੱਡੀਆਂ ਦੇ ਜਿਵੇਂ ਟਾਇਰ ਹੈ ਸਾਰੇ ਬਰਿਆਣੇ ਦਾ ਬਹੁਤ ਬੁਰਾ ਹਾਲ ਹੈ, 6-6 ਘੰਟੇ ਉੱਥੇ ਗੱਡੀਆਂ ਲੈ ਕੇ ਖੜ੍ਹੇ ਰਹਿੰਦੇ ਡਰਾਈਵਰ, ਪੂਰਾ ਸਿੱਟਣ ਦੀ ਲਿਫਟਿੰਗ ਦੀ ਬਹੁਤ ਪ੍ਰੋਬਲਮ ਹੈ ਉੱਥੇ, ਅਤੇ ਸਾਰੀਆਂ ਮੰਗਾਂ ਕਹਿੰਦੇ ਸਪੀਡ 'ਚ ਕਰ ਦਿੱਤੀਆਂ ਜਾਊਗੀਆਂ ਅਤੇ ਇਹ ਭੁਪਿੰਦਰ ਸਿੰਘ ਜਿਹੜਾ ਡਰਾਈਵਰ ਸੀ ਇਹ ਉਸੇ ਦਿਨ ਤੋਂ ਹੀ ਸਟੇਟ ਬਹਾਲ ਕੀਤਾ ਜਾਊਗਾ। ਠੀਕ ਹੈ ਸਰ, ਆਪਣਾ ਨਾਮ ਬੋਲ ਦਿਓ ਭਾਅ ਜੀ। ਮੈਂ ਸੰਨੀ ਸੋਤਾ, ਸਕੱਤਰ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।